ਸਾਨੂੰ ਕੋਈ ਆਸ ਉਮੀਦ ਨਹੀਂ ਸੀਗੀ ਵੀ ਇੰਨੀ ਜਲਦੀ ਵੀਜ਼ਾ ਆ ਜਾਵੇ। ਤਰਸੇਮ ਸਿੰਘ ਜੀ, ਤੁਹਾਡਾ ਜੋ ਓਪਨ ਵਰਕਰ ਦਾ ਵੀਜ਼ਾ ਆਇਆ ਰਾਈਟ, ਹੈ ਨਾ, ਕਦੋਂ ਲਾਈ ਸੀਗੀ ਤੁਸੀਂ ਫਾਈਲ? 5 ਅਪ੍ਰੈਲ ਨੂੰ ਲਾਈ ਸੀ। 5 ਅਪ੍ਰੈਲ ਨੂੰ ਆਏ ਸੀ, ਆਲਮੋਸਟ 2-2.5 ਮਹੀਨੇ 'ਚ ਤੁਹਾਡਾ ਵੀਜ਼ਾ ਅਪਰੂਵ ਹੋ ਕੇ ਪਹੁੰਚ ਗਿਆ ਓਪਨ ਵਰਕ ਪਰਮਿਟ ਦਾ। ਅਤੇ ਕਿੰਨਾ ਫੰਡ ਵਗੈਰਾ ਸ਼ੋਅ ਕੀਤਾ ਸੀ ਤੁਸੀਂ? ਆਪਣਾ ਜੀ 12.5 ਲੱਖ। 12.5 ਲੱਖ ਰੁਪਏ ਸ਼ੋਅ ਕੀਤੇ, ਅਤੇ ਕੀ ਕੰਮ ਕਰਦੇ ਸੀਗੇ ਤੁਸੀਂ? ਓਕੇ, ਖੇਤੀਬਾੜੀ ਅਤੇ ਡੇਅਰੀ ਫਾਰਮ ਸ਼ੋਅ ਕਰਦਾ ਸੀ। ਡੇਅਰੀ ਫਾਰਮਿੰਗ ਅਤੇ ਖੇਤੀਬਾੜੀ ਕਰਦੇ ਸੀ, ਕਿਵੇਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਤੇ ਆਪਣਾ ਵੀ ਬਹੁਤ ਜਲਦੀ ਵੀਜ਼ਾ ਪ੍ਰਾਪਤ ਹੋਇਆ। ਚਲੋ, ਬਹੁਤ ਵਧੀਆ ਹੋ ਗਿਆ। ਹਾਂਜੀ, ਥੈਂਕ ਯੂ। ਤੁਸੀਂ ਲਵਪ੍ਰੀਤ ਸਿੰਘ, ਕੰਗਰੈਚੁਲੇਸ਼ਨ ਲਵਪ੍ਰੀਤ, ਤੁਹਾਡਾ ਵੀ ਓਪਨ ਵਰਕਰ ਦਾ ਵੀਜ਼ਾ ਅਪਰੂਵ ਹੋ ਕੇ ਪਹੁੰਚਿਆ। ਅਸੀਂ ਐਗਰੀਕਲਚਰ ਦਾ ਕੰਮ ਕਰਦੇ ਹਾਂ, ਹੈ ਨਾ? ਹਾਂਜੀ ਹਾਂਜੀ ਹਾਂਜੀ। ਅਤੇ ਕਿੰਨਾ ਫੰਡ ਸ਼ੋਅ ਕੀਤਾ ਸੀਗਾ ਤੁਸੀਂ? 8 ਲੱਖ ਰੁਪਏ ਦਾ। ਤੁਹਾਡੇ ਸਪਾਊਸ ਕਿਹੜੇ ਵੀਜ਼ੇ 'ਤੇ ਸੀਗੇ? ਸਟੂਡੈਂਟ ਹੀ ਨੇ। ਕਿੱਥੇ ਪੜ੍ਹ ਰਹੇ ਨੇ ਉਹ? ਓਕੇ, ਕਿਵੇਂ ਦਾ ਐਕਸਪੀਰੀਅੰਸ ਹੈ ਤੁਹਾਡਾ? ਥੈਂਕ ਯੂ। ਸੋ ਦੋਸਤੋ, ਤੁਸੀਂ ਵੀ ਕੈਨੇਡਾ ਜਾਣਾ ਚਾਹੁੰਦੇ ਹਾਂ ਅਤੇ ਓਪਨ ਵਰਕ ਪਰ ਅਪਲਾਈ ਕਰਨਾ ਚਾਹੁੰਦੇ ਤਾਂ ਇੱਕ ਵਾਰੀ ਕਿਸੇ ਵੀ ਨੇੜਲੇ ਆਫਿਸ ਜ਼ਰੂਰ ਵਿਜ਼ਿਟ ਕਰਕੇ ਜਾਣਕਾਰੀ ਲਵੋ ਤਾਂ ਕਿ ਤੁਸੀਂ ਆਪਦਾ ਜਿਹੜਾ ਪ੍ਰੋਸੈਸ ਉਹ ਸਹੀ ਤਰੀਕੇ ਨਾਲ ਕਰ ਸਕੋ।